আসসালামু আলাইকুম কিয়াল ছালাজি কিত্তা সব ওয়দিয়া জি মেরিয়া বহুত সরিয়া দুআওয়ান তোড়ে ওয়াসতে তোড়ে ফ্যামিলি ওয়াসতে আল্লাহ পাক আ জেরা এক মুজি মারজা আ ইত তো sare জাহান নু মাহফুজ রাখে لیکن ਜਿਹੜਾ ਸਾਡਾ ਫਰਜ਼ ਬਣਦਾ ਹੈ ਸਾਡਾ ਫਰਜ਼ ਇਹ ਹੈ ਕਿ ਅਸੀਂ ਮੁਕੰਮਲ احتیاط کریے ਸਾਡੇ ਜਿਹੜੇ ਸਿਕਿਉਰਿਟੀ ادارے ਨੇ ਉਹਨਾਂ ਨਾਲ ਭਰਪੂਰ ਤਾਲੁਨ کریے ਉਸ ਤੋਂ ਬਾਅਦ ਮਾਸਕ ਦਾ ਇਸਤੇਮਾਲ کریے ਉਸ ਤੋਂ ਬਾਅਦ ਹੱਥ بار بار ਧੋਈਏ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ سوشل ਡਿਸਟੈਂਸ ਦਾ ਖਿਆਲ ਰੱਖਿਏ ਘੱਟ ਤੋਂ ਘੱਟ 6 ਫੁੱਟ ਤੋਂ ਬੰਦੇ ਨਾਲ ਗੱਲਬਾਤ کریے ਤੇ ਦੂਸਰੀ ਗੱਲ ਜਿਹੜੀ ਬਹੁਤ ਅਹਿਮ ਗੱਲ ਹੈ ਉਹ ਇਹ ਹੈ ਕਿ ਬਗੈਰ ਕੰਮ ਤੋਂ ਫਜ਼ੂਲੀਆਤ ਦੀ ਵਜ੍ਹਾ ਤੋਂ ਬਾਹਰ ਸੜਕਾਂ ਤੇ ਮਿਲਣ ਗਿਲਣ ਇੱਧਰ ਉੱਧਰ ਬੰਦ ਕਰੀਏ ਹਜੂਮ ਇਕੱਠੇ ਕਰਨੇ ਬੰਦ ਕਰੀਏ ਬਾਕੀ ਜਿੱਥੇ ਜਿੱਥੇ ਵੀ ਇਸ ਖਿੱਤੇ 'ਚ ਇਸ ਵਬਾ ਦੀ ਬਹੁਤ ਜ਼ਿਆਤੀ ਹੈ ਇਹ ਲੋਕ ਮਰ ਰਹੇ ਨੇ ਆਕਸੀਜਨ ਨਹੀਂ ਮਿਲ ਰਹੀ ਅੱਲਾ ਪਾਕ ਉਹਨਾਂ ਤੇ ਆਪਣੀ ਰਹਿਮਤ ਕਰੇ ਅੱਲਾ ਪਾਕ ਇਸ ਬਿਮਾਰੀ ਨੂੰ ਹਮੇਸ਼ਾ ਵਾਸਤੇ ਦੂਰ ਰੱਖੇ ਜਿਹੜਾ ਮੇਰਾ ਕੰਮ ਹੈ ਮੈਂ ਆਪਣਾ ਕੰਮ ਇਨਸ਼ਾਅੱਲਾ ਅੱਲਾ ਦੀ ਰਹਿਮਤ ਨਾਲ ਇਨਸ਼ਾਅੱਲਾ ਕਰਦੇ ਰਹਿਣਾ ਆ ਤੁਹਾਨੂੰ ਹਸਾਉਂਦੇ ਰਹਿਣਾ ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਲੋਕਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਜਿਹੜਾ ਘੰਟੀ ਦਾ ਬਟਨ ਹੈ ਇਹਨੂੰ ਜ਼ਰੂਰ ਦਬਾਓ ਆ ਮੇਰਾ ਫੇਸਬੁੱਕ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਪੇਜ ਨੂੰ ਵੀ ਲਾਈਕ ਕਰ ਲਓ ਲਓ ਜੀ ਕਾਲ ਮਲਾਉਣੇ ਜੀ ਆਪਾਂ ਹੈਲੋ ਅਲੈਕਮ ਜੀ ਵਾਅਲੈਕਮ ਸਲਾਮ ਜੀ ਵਕੀਲ ਸਾਹਿਬ ਕੀ ਹਾਲ ਚਾਲ ਹੈ ਅੱਲਾ ਦਾ ਕਰਮ ਸਰ ਤੁਸੀਂ ਸੁਣਾਓ ਘਰ ਬਾਰ ਸਭ ਠੀਕ ਠਾਕ ਜੀ ਬੜੀ ਮਾਲਕ ਦੀ ਰਹਿਮਤ ਆ ਜੀ ਕਚੈਰੀਆਂ ਜੀ ਕਿ ਘਰ ਹੋ ਐ ਸਭ ਕਚੈਰੀਆਂ ਗਿਆ ਜੀ ਬੈਠਾ ਅੱਛਾ ਅੱਛਾ ਹੋਰ ਸਭ ਠੀਕ ਹੈ ਜੀ ਕਰਮ ਮਾਲਕ ਦੇ ਜਹਾਦਾ ਜੀ ਵਸੀਅਤ ਲਿਖਾਉਣੀ ਜੀ ਆਪਾਂ ਇੱਕ ਬismillah ਜੀ ਹਾਂ ਤੇ ਇਹ ਆ ਕਿ ਮਾਲ ਜਿਹੜਾ ਵੰਡਿਆ-ਵੰਡਿਆ ਜਾਵੇ ਜੀ ਇੱਥੇ ਤਸਰੀਫ ਲਿਆਓ ਇੱਥੇ ਚੈਮਰ ਆਓ ਤੁਸੀਂ ਤੇ ਕੋਈ ਨਹੀਂ ਆਪਾ ਤੁਹਾਡੇ ਸੈਂ ਅੰਗੂਠੇ ਹੋਣੇ ਨੇ ਕੋਈ ਰੌਲਾ ਨਹੀਂ ਹੈਗਾ ਤੁਸੀਂ ਆਓ ਇੱਥੇ ਹਾਂ ਤੇ ਆ ਕਿ ਕੱਲ ਮੈਂ ਰਿਪੋਰਟਾਂ ਕਰਾਈਆਂ ਸੀ ਆਪਣੀਆਂ ਅੱਛਾ ਜੀ ਤੇ ਰਿਪੋਰਟਾਂ ਠੀਕ ਨਹੀਂ ਆਈਆਂ ਕੁਮਾਰ ਜਮਾਰ ਰਹਿੰਦੇ ਹੋ ਆ ਬਸ ਇਦਾਂ ਹੀ ਕੋਈ ਮਸਲੇ ਆ ਗਏ ਆ ਉਮਰ ਵੀ ਹੁਣ ਦੇਖੋ ਨਾ 85 ਸਾਲ ਹੋ ਗਈ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਹੁਣ ਤੁਸੀਂ ਕੀ ਕਰਨਾ ਸਹੀ ਹੈ ਉਹ ਤੇ ਉਹ ਆ ਕੇ ਮੈਂ ਕਹਿਣਾ ਕਿ ਜਾਇਦਾਦ ਜਿੰਨੀ ਵੀ ਹੈ ਨਾ ਜੀ ਹਾਂਜੀ ਹਾਂਜੀ ਉਹ ਸਾਰੀ ਬੱਚਿਆਂ ਨੂੰ ਜਿੰਦੇ ਜਾਨੇ ਪਹੁੰਚ ਜਾਣੀ ਚਾਹੀਦੀ ਹੈ ਜੀ ਓਏ ਆ ਜੀ ਬਾਅਦ ਦੇ ਵਿੱਚੋ ਬੜੇ ਮਸਲੇ ਮਸਾਇਲ ਰੋਲੇ ਪੈਂਦੇ ਨੇ ਆਪ ਬੱਚੇ ਤੇ ਧੀਆਂ ਪੁੱਤਰ ਲੜ ਲੜ ਕੇ ਆਪਣਾ ਅੱਲਾ ਨਾ ਕਰੇ ਅੱਲਾ ਨਾ ਕਰੇ ਜੀ ਅੱਲਾ ਨਾ ਅੱਲਾ ਨਾ ਕਰੇ ਅੱਲਾ ਨਾ ਕਰੇ ਅੱਲਾ ਨਾ ਕਰੇ ਐਦਾਂ ਨਹੀਂ ਆਪਾਂ ਹੌਣ ਦੇਣਾ ਜੀ ਤੇ ਮੈਂ ਚਾਹੁੰਦਾ ਬਸ ਤੁਸੀਂ ਨਾ ਜੀ ਅੱਗੇ ਲੱਕੇ ਹਾਂਜੀ ਹਾਂਜੀ ਤੇ ਆਪਣੇ ਹੱਥੀਂ ਵੰਡ ਬੰਡਦੇ ਹੋ ਜੀ ਤੇ ਕੋਈ ਗੱਲ ਨਹੀਂ ਸਰ ਤੁਸੀਂ ਇੱਥੇ ਤਸ਼ਰੀਫ ਲਿਆ ਹੋ ਨਾ ਤੁਸੀਂ ਚੈਂਬਰ ਆਓ ਸਾਡੇ ਕੋਲ ਹਾਂਜੀ ਤੇ ਉਹ ਤੁਹਾਡੇ ਸੈ ਅੰਗੂਠੇ ਹੋਣੇ ਆ ਜਾਇਦਾਤ ਆਪਣੀ ਹੈ ਵੈਸੇ ਕਿੰਨੀ ਕਾ ਜੀ ਅੱਲਾਹ ਦੇ ਬਖ ਦਿੱਤਾ ਬਹੁਤ ਕੁਛ ਹੈ ਜੀ ਬੱਚੇ ਕਿੰਨੇ ਆਪਣੇ ਜੀ ਬੱਚੇ 13 ਮੁੰਡੇ ਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੇ 11 ਧੀਆਂ ਨੇ ਜੀ ਕੀ ਬਾਤ ਮਾਸ਼ਾਅੱਲਾ ਵਾਜ਼ੇ ਤੇ ਜਾਇਦਾਤ ਆਪਣੇ ਕੋਲ ਕਿੰਨੀ ਕਾ ਜੀ ਕਿ ਜਿਹੜੀ ਇਹਨਾਂ ਦੇ ਬੱਚਿਆਂ ਦੇ ਹਿੱਸੇ ਹੋਣੀਆਂ ਹੈ ਜਾਇਦਾਤ ਬੜੀ ਹੈ ਜੀ ਅੱਲਾ ਦਾ ਸ਼ੁਕਰ ਹੈ ਜੀ ਤੇ ਗੱਡੀਆਂ ਛੱਡੀਆਂ ਆਪਣੇ ਕੋ ਕਿੰਨੀਆਂ ਅਜਾ ਗੱਡੀਆਂ ਤਾਂ ਆਪਣੇ ਕੋ 3 ਨੇ ਹਾਂ ਜੀ ਤੇ ਦੋ ਖੋਤੇ ਮਰ ਗਏ ਨੇ ਤੇ ਇੱਕ ਹੈਗਾ ਆਪਣੇ ਕੋ ਤੇ ਦੋ ਰਿਹੜੀਆਂ ਉਦਾਂ ਹੀ ਖੜੀਆਂ ਦੋ ਗੱਡੀਆਂ ਮਤਲਬ ਕਿ ਖੜੀਆਂ ਨੇ ਨਹੀਂ ਨਹੀਂ ਤੁਹਾਡੇ ਕੋ ਬੱਚਿਆਂ ਵਾਸਤੇ ਬੱਚੇ ਕਾਰੋਬਾਰ ਤੇ ਜਾਂਦੇ ਨੇ ਦਫ਼ਤਰੇ ਦਫ਼ਤਰੇ ਜਾਂਦੇ ਨੇ ਤੇ ਉਹ ਕੋ ਗੱਡੀਆਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਸਰ ਨਹੀਂ ਨਹੀਂ ਬੱਚੇ ਆਪਣੇ ਵੇਚਦੇ ਨੇ ਇਹ ਪਿਆਜ਼ ਲਸਣ ਅਦਰਕ ਇਹ ਵੇਚਦੇ ਨੇ ਆਪਣੇ ਕੋ ਤਿੰਨ ਗੱਡੀਆਂ ਨੇ ਨਾ ਖੋਤਾ ਰੇੜੀਆਂ ਨੂੰ ਅਸੀਂ ਗੱਡੀਆਂ ਕਹਿੰਨੇ ਆਂ ਨਹੀਂ ਤੇ ਇਹ ਅਪੜੀ ਅੱਗੇ ਵੀ ਕਿਤੇ ਮੁਲਾਕਾਤ ਹੋਈ ਹੈ ਜੀ ਹਾਂ ਜੀ ਹਾਂ ਜੀ ਸੱਤ-ਅੱਠ ਸਾਲ ਪਹਿਲੇ ਨਾ ਜੀ ਇੱਕ ਰੌਲਾ ਸੀ ਉਹਦੇ ਵਾਸਤੇ ਮੈਂ ਤੁਹਾਡੇ ਕੋ ਆਇਆ ਸੀ अच्छा अच्छा ते फिर जड़ी ਤੁਹਾਡਾ ਕੋ ਮ ਕਾਲ ਲਿਆ ਸੀ ਜਿਹੜੀ ਤੁਹਾਡੀ ਸਭ ਤੋਂ ਛੋਟੀ ਪਰਜਾਈ ਹੈ ਨਾ ਜੀ ਹਾਂਜੀ ਹਾਂਜੀ ਉਹਨੇ ਸੰਭਿਆ ਸੀਗਾ ਚਾਰ ਵਿਆਹ ਨੇ ਜੀ ਆਪਣੇ ਅੱਛਾ 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 ਅੱਲਾ ਝੂਠ ਨਾ ਬਲਾਵੇ ਤੇ ਤੁਸੀਂ ਕਿਤੇ ਜੱਟ ਸਾਹਿਬ ਤੇ ਨਹੀਂ ਜੀ 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 ਜੱਟ ਗੱਲ ਕਰ ਰਿਹਾ ਹਾਂ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਇੰਨੀਆਂ ਮੁਸਤਬਾਤ ਯਾਦ ਕੀਤਾ ਤੁਸੀਂ ਸਾਨੂੰ ਜੀ ਬਸ ਇਹ ਵੰਡ ਦਿਓ ਜੀ ਵੰਡ ਦਿਓ ਓਹ ਤੁਸੀਂ ਸਰ ਕੁਝ ਦੱਸੋਗੇ ਤੇ ਨਾ ਤੇ ਫੇਰ ਇੱਥੇ ਤੁਹਾਡੇ ਸੈ ਨਗੂਠੇ ਹੋਣਗੇ ਤੇ ਫੇਰ ਅੱਲਾ ਖੈਰ ਕਰੇ ਤੁਸੀਂ ਆਪਣਾ ਘਰੋ ਨਾ ਮਕਾਨ ਸ਼ਕਾਨ ਕੋਈ ਜਗਾ ਜੁਗਾ ਜੱਟ ਸਾਹਿਬ ਮਕਾਨ ਜਿਹੜਾ ਹੈ ਆਪਣਾ ਹੋਇਆ ਹੈ ਮਾਸ਼ਾਅੱਲਾ ਡੇਢ ਮਰਲੇ ਦਾ ਪਲਾਟ ਹੈ ਆਪਣਾ ਹਾਂਜੀ ਡੇਢ ਮਰਲੇ ਦਾ ਜੀ ਇਹ ਨਹੀਂ ਇਹ ਬੱਚੇ ਕਿੰਨੇ ਆਪਣੇ ਜੀ 13 ਮੁੰਡੇ ਤੇ 11 ਕੁੜੀਆਂ ਜੀ ਤੇ ਜਗਾ ਆਪਣੀ ਕਿੰਨੀ ਹੈ ਡੇਢ ਮਰਲਾ ਜੀ ਡੇਢ ਮਰਲਾ ਇਹ ਬੱਚੇ ਵਿਆਹ ਵਿਆਹ ਵੀ ਆ ਜੀ ਹਾਂਜੀ 6 ਮੁੰਡੇ ਵੇ ਆਏ ਤੇ 4 ਕੁੜੀਆਂ ਵੇ ਆਈਆਂ ਜੀ। ਤੇ ਉਹ ਰਹਿੰਦੇ ਤੁਹਾਡੇ ਕੋਲ ਹੀ ਆ ਕਿ ਉੱਥੇ ਆਪਣੀ। ਨਹੀਂ ਨਹੀਂ ਆਪਣੇ ਆਪਣੇ ਸਾਰੇ ਘਰਾਂ 'ਚ। ਤੇ ਜਿਹੜੇ ਬਕਾਇਆ ਜੀ ਐ ਇਹ 1.5 ਮਰਲੇ 'ਚ ਰਹਿੰਦੇ ਆ ਜੀ। ਹਾਂਜੀ ਹਾਂਜੀ। ਇਹ ਸਾਰੇ ਕੀ ਗੱਲ ਖਲੋਗੇ ਸਾਹਮਣੇ ਤੁਸੀਂ? ਉਹ 1.5 ਮਰਲੇ ਜਗਾ ਤੇ ਤੁਸੀਂ ਮਾਸ਼ਾਅੱਲਾ 13 ਮੁੰਡੇ 11 ਕੁੜੀਆਂ ਤੇ ਗੱਡੀਆਂ ਵੀ ਤੁਸੀਂ ਦੱਸਣ ਦਾ ਹੈ ਉਹ ਅੱਲਾਹ ਦੀ ਚਾਰ-ਚਾਰ ਬੁੱਢੀਆਂ ਆਪਣੀਆਂ। ਭਾਜੀ ਹੁਣ ਬੁੱਡੀਆਂ ਕੀ ਬੁੱਡੀਆਂ ਤੇ ਜੱਟ ਸਾਹਿਬ ਹੁਣ ਨੀ ਨਾ ਉਹ ਨਿਆਣਿਆਂ ਨੂੰ ਵੰਡਣੀਆਂ ਬੁੱਡੀਆਂ ਤੇ ਤੁਹਾਡੀਆਂ ਨੇ ਹਾਂਜੀ ਹਾਂਜੀ ਕਿ ਉਹ ਬੱਚੇ ਤਕਸੀਮ ਕਰ ਦਵਾ ਹਾਂਜੀ ਨਹੀਂ ਨਹੀਂ ਇਹ ਤੁਸੀਂ ਚੈਂਬਰ ਫੋਨ ਕੀਤਾ ਤੁਸੀਂ ਕਿਹੜਾ ਕਿਸੇ ਕਸਾਈ ਨੂੰ ਫੋਨ ਕੀਤਾ ਕਿ ਉਹ ਕਿ ਪਾਸੇ ਲਾ ਲਾ ਕੇ ਜੀ ਨਿਆਣਿਆਂ ਦੇ ਦਈਏ ਆਏ ਆ ਕੇ ਜਿਹੜਾ ਮੇਰਾ ਹੁੱਕਾ ਹੈ ਨਾ ਜੀ ਹਾਂਜੀ ਉਹ ਮੇਰਾ ਸਭ ਤੋਂ ਜਿਹੜਾ ਵੱਡਾ ਮੁੰਡਾ ਹੈ ਨਾ ਹਰੂਨਾਬਾਦ ਵਾਲਾ ਅੱਛਾ ਜੀ ਇਹ ਉਹਨੂੰ ਤੁਸੀਂ ਪਛਾ ਕੇ ਆਉਣਾ ਹੁੱਕਾ ਇਹ ਹੁੱਕਾ ਮੈਂ ਪਛਾ ਕੇ ਆਉਣਾ ਜੀ ਆ ਉਹਨੂੰ ਬੜਾ ਪਸੰਦ ਆ ਓਕਾ ਇਹ ਕਿੰਨੀ ਉਮਰ ਹੋ ਗਈ ਆ ਆਪਣੀ 85 ਸਾਲ ਹੋ ਗਈ 85 ਤੇ ਤੁਸੀਂ ਕਜ਼ਾਈ ਲਈ ਨਾ ਫੌਤ ਹੀ ਹੋ ਜਿਓ ਤੁਸੀਂ ਜੋ ਮੈਨੂੰ ਅੱਗਿਓ ਭੇਜਣ ਦਾ ਹੁੱਕੇ ਵਾਸਤੇ ਕਿ ਐਡੀ ਦੂਰ ਦੇਣ ਜਾਣਾ ਹੈ ਹੈ ਇਹ ਤੁਸੀਂ ਕਿਸੇ ਡੈਵੋ ਵਾਲੇ ਨੂੰ ਫੂਰ ਕੀਤਾ ਵੀ ਕਿ ਮੇਰੇ ਪੁੱਤ ਦਾ ਹੁੱਕਾ ਉੱਥੇ ਬਿਚਾ ਦੇਈ ਕਿਹਦਾ ਬੰਦਾ ਯਾਰ ਤੂੰ ਹੈ ਓਏ ਅਸੀਂ ਵੀ ਜੱਟ ਜ਼ਿਮੀਂਦਾਰ ਬੰਦੇ ਆ ਆ ਪਰਸੋ ਹਜੇ ਮੈਂ 11 ਮਰਲੇ ਜਗ੍ਹਾ ਲਈ ਆ ਮੈਂ ਮਸਜਿਦ ਨੂੰ ਹੀ ਦੇ ਦਿੱਤੀ ਆ ਹੈ ਇੰਨੇ ਮਾਸ਼ਾਅੱਲਾ ਬੱਚੇ ਆ ਸਾਰੇ ਦੇ ਨਾਲ ਉਹ ਦਾ ਮਰਬੇ ਜਮੀਨ ਮੈਂ ਕੀਤੀ ਆ ਉਹ ਤੁਸੀਂ ਕਹਿੰਦੇ ਜੱਟ ਆ ਯਾਰ ਤੇ ਇਹ ਆ ਕਿ ਮੈਂ ਤੋਤਾ ਰੱਖਿਆ ਗਾਨੀ ਵਾਲਾ ਰਾਤ ਹੋਤਾ ਅੱਛਾ ਉਹ ਜਿਹੜੀ ਮੇਰੀ 30 ਹੈ ਨਾ ਜਿਹੜੀ 3 ਤੀਸਰੇ ਨੰਬਰ ਵਾਲੀ ਅੱਛਾ ਜੀ ਉਹ ਰਹਿੰਦੀ ਹੈ ਬਲੋਚਿਸਤਾਨ ਦੇ ਵਿੱਚ ਤੇ ਉਹਨੂੰ ਤੁਸੀਂ ਪਹਚਾ ਕੇ ਆਣਾ ਤੋਤਾ ਆਪਣੇ ਹੱਥੀ ਬਸ ਗਰਮੀ ਬੜੀ ਹੈ ਰਾਤ ਖਿਆਲ ਰੱਖਣਾ ਹੁੰਦਾ ਜੀ ਤੇ ਇਹ ਰਾਤ ਤੋਤੇ ਦੀ نسل ਉਧਰ ਕਿਤੇ ਨਹੀਂ ਚੱਲਦੀ ਕਿ ਇਥੋਂ ਪੈਸੇ ਭੇਜਦੀ ਹੈ ਧੀ ਤੇ ਆਣੀ ਨੂੰ ਕਹਿੰਨੇ ਕਿ ਉੱਥੋਂ ਲੈ ਲਵੇ ਕਿਤੋਂ ਨਹੀਂ ਉਹ ਇਹ ਉਹਦੇ ਅੱਬੇ ਦੀ ਨਿਸ਼ਾਨੀ ਉਹ ਤੱਕ ਪਹੁੰਚਣੀ ਚਾਹੀਦੀ ਹੈ ਤੇ ਫਿਰ ਅੱਬਾ ਹੀ ਪਛਾਣਵੇ ਜੀ ਇਹ ਤੁਸੀਂ ਸਾਰੇ ਆਰਡਰ ਮੈਨੂੰ ਹੀ ਲਈ ਜਾਨੇ ਆ ਕਿ ਤੁਸੀਂ ਇੱਥੇ ਮੇਰੇ ਕੋਲ ਆਓ ਤੁਸੀਂ ਜਾਇਦਾਦ ਲਖਾਤੀ ਮਾਸ਼ਾਅੱਲਾ ਡੇਢ ਮਰਲੇ ਦਾ ਘਰ ਆ ਇਹਦੇ ਵਿੱਚੋਂ ਵੀ ਕਾਫੀ ਜਗ੍ਹਾ ਤੁਹਾਡੀ ਵੰਡ ਕੇ ਵੀ ਬਚ ਜਾਣੀ ਹੈ ਉਹ ਹਯਾ ਨਹੀਂ ਆਉਂਦੀ ਭਾਈ ਪਿਛਲੇ ਸਾਲ ਨਾ ਜੀ ਆਪਾਂ ਪਾਇਆ ਉਤਲਾ ਕੋਠਾ ਅੱਛਾ ਜਿਹੜੀਆਂ ਗੱਡ ਟੀਅਰ ਦੇ ਉੱਤੇ ਟੈਲਾ ਨਹੀਂ ਪਾਈਦੀਆਂ ਹਾਂਜੀ ਹਾਂਜੀ ਪਟੇਵਾਲੀਆਂ ਟੈਲਾ ਪਟੇਵਾਲੀਆਂ ਉਹ ਟੈਲਾਂ ਬੱਚਿਆਂ ਨੇ 70 80 ਅੱਛਾ ਉਹ ਜਿਹੜੀ ਮੇਰੀ ਸਭ ਤੋਂ ਵੱਡੀ ਕੁੜੀ ਹੈ ਨਾ ਅੱਛਾ ਉਹ ਆਈ ਸੀ 15 ਦਿਨ ਪਹਿਲੇ ਹਾਂ ਧੀਆਂ ਧਿਆੜੀਆਂ ਮਾਪਿਆਂ ਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਚੰਗੇ ਲੱਗਦੇ ਘਰ ਜਿੱਥੇ ਆਉਣ ਜਾਣ ਹਾਂ ਤੇ ਮੈਨੂੰ ਕਹਿੰਦੀ ਕਿ ਅੱਬਾ ਇਹ ਜਿਹੜੀਆਂ 70 80 ਟੈਲਾਂ ਨੇ ਨਾ ਹਾਂਜੀ ਇਹ ਮੈਨੂੰ ਦੇ ਦੇ ਤੇ ਵਕੀਲਾ ਹਾਂਜੀ ਚਿੱਟੀ ਘੋੜੀ ਵੇ ਵਕੀਲਾ ਤੇਰੀ ਹਾਈ ਵਕੀਲਾ ਚਿੱਟੀ ਘੋੜੀ ਵੇ ਵਕੀਲਾ ਤੇਰੀ ਹਾਂ ਤੇ ਲਿਆ ਾਲਾਦ ਲੋ ਬੜੀ ਧੌੜਾ ਬਾਬਾ ਤੇਰੀ ਕਿਹੜੀਆਂ ਗੱਲਾਂ ਨੂੰ ਯਾਰ ਤੂੰ ਪਿਆ ਆ ਹੁਣ ਟੈਲਾਂ ਇਹ ਵੀ ਕਿਤੇ ਦੇਣ ਜਾਣੀਆਂ ਹਾਂ ਇਹ ਹੈਦਰਾਬਾਦ ਜਿਹੜਾ ਨਾ ਸਿੰਧ ਜੀ ਹਾਂਜੀ ਇਹ ਉੱਥੇ ਤੁਸੀਂ ਟੈਲਾਂ 60 70 ਨੇ ਪਚਾ ਕੇ ਆਉਣੀਆਂ ਜੀ ਉਹਨਾਂ ਨੂੰ ਇਹ ਤੁਸੀਂ ਫਿਰ ਐਂਡ ਕਰੋ ਨਾ ਕਿ ਕੋਈ ਪ੍ਰਾਪਰਟੀ ਡੀਲਰ ਆਇਆ ਤੁਹਾਡੇ ਲਾਗੇ ਛਾਕੇ ਬੜੇ ਆ ਡੇਢ ਮਰਲੇ ਦਾ ਮਕਾਨ ਵੇਚ ਕੇ ਪੈਸੇ ਮੈਨੂੰ ਭੇਜੋ ਲੋ ਜਿੰਨੀਆਂ ਜਗ੍ਹਾ ਮੈਨੂੰ ਦੱਸਤੀਏ ਇੱਥੋਂ ਦੁਗਣਾ ਕਰਾਇਆ ਲੱਗ ਜਾਣਾ ਉਹ ਖੋਤਿਆਂ ਜਹਾਂਦਿਆਂ ਕਿੱਥੇ ਕਿੱਥੇ ਮੈਨੂੰ ਭੇਜਣ ਦੇਆ ਲਓ ਜੀ ਅਸੀਂ ਟੈਲਾ ਤੁਹਾਡੀ ਮਰੇ ਇਹ ਕਿਤੇ ਆਖਰੀ ਖੰਗ ਹੀ ਹੋ ਜਾ ਤੇਰੀ 70 80 ਟੈਲਾ ਤੇ ਕਿੱਥੇ ਬਲੋਚਿਸਤਾਨ ਦੇ ਨਿਆਣੀਆਂ ਓਏ ਉਧਰ ਟੈਲ ਨਹੀਂ ਬਣਦੀ ਉਧਰ ਕੀ ਗੱਲ ਆ ਬੰਦ ਦੀ ਚੜਾਈ ਕਰਦੇ ਆ ਵੀ ਕੋਠਿਆਂ ਦੇ ਕੈਸਾ ਬੰਦਾ ਆ ਯਾ ਤੂੰ ਵਕੀਲਾ ਓ ਕੀ ਗੱਲ ਆ ਜ਼ਲੀਲਾ ਵਕੀਲਾ ਜਿੱਦਣ ਤੂੰ ਇਹ ਜਾਇਦਾਦ ਵੰਡਣੀ ਆ ਤਾਂ ਮੈਨੂੰ ਘੁੱਟ ਕੇ ਤੈਨੂੰ ਜੱਪੀ ਪਾਉਣੀ ਆ ਜੇ ਮੈਨੂੰ ਜੇ ਮੈਂ ਕੰਨ ਦੇ ਨੇੜੇ ਕਰਕੇ ਮੈਨੂੰ ਖਾਂਗਾ ਵੀ ਤਾਂ ਗੁੱਸਾ ਨਾ ਕਰੀ ਇਹ ਤੂੰ ਡੇਢ ਮਰਲਾ ਜਗ੍ਹਾ ਵੇਚ ਕੇ ਨਿਆਜ਼ ਵੀ ਵੰਡੇ ਨਾ ਤੇ ਇੱਕ ਮੱਲਾ ਨਹੀਂ ਭੁਗਤਣਾ ਸਮਝ ਲੱਗੀ ਆ ਕਿ ਨਹੀਂ ਬੜਾ ਚੰਗਾ ਬੰਦਾ ਆ ਯਾਰ ਕੌਣ ਤੂੰ ਕਸ ਤੂੰ ਕਾਹਦਾ ਬੰਦਾ ਮੈਨੂੰ ਤੇਰੀ ਸਮਝ ਨਹੀਂ ਆਉਣ ਈ ਹੈ ਬੱਚੇ ਵੀ ਤੂੰ ਏਡੀ ਏਡੀ ਦੂਰ ਵੇ ਆ ਹਾਏ 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 ਕੋਈ ਲਾਗੇ ਛਾਗੇ ਬੱਚਾ ਰੀ ਵੀ ਰੱਖਿਆ ਤੂੰ ਆ ਨਿਆਣੇ ਜਿਹੜੇ ਨੇ ਨਾ ਜੀ ਇਸ ਕੱਲੇ ਕੱਲੇ ਨਿਆਣੇ ਦੇ ਹੱਥ ਤੇ ਸਿਰ ਤੇ ਉੱਤੇ ਹੱਥ ਫੇਰੀ ਜਾਣਾ ਹੈ ਅੱਛਾ ਜੀ ਵੇਖੋ ਜੀ ਸਵਾਬ ਦਾ ਕੰਮ ਹੈ ਜੇ ਤੁਸੀਂ 5-5000 ਰੁਪਏ ਨਿਆਣੇ ਨੂੰ ਆਪਣੇ ਪੱਲਿਓ ਵੀ ਦੇ ਦੇਓਗੇ ਨਾ ਤਾਂ ਇੱਕ ਕੋਈ ਗੱਲ ਐਸੀ ਨਹੀਂ ਹੈ ਇਹ ਬੱਚੇ ਤੇਰੇ ਜ਼ਿਹਰ ਤੇ ਮੀਰਾ ਹੈ ਹੈ ਕਿ 5-5000 ਰੁਪਏ ਮੈਂ ਵੀ ਦੇਣਾ ਓਏ ਇੱਥੇ ਅਸੀਂ ਆਪਣੇ ਬੱਚਿਆਂ ਦੀ ਇੱਜ਼ਤ ਕਮਾਉਣ ਬੈਠੇ ਆਂ ਔਰ ਤੂੰ ਜਮਾਨੇ ਦੇ ਖੋਤੇ ਆ ਤੂੰ ਸਾਡੇ ਪੈਸੇ ਲਵਾਉਣ ਦੇ ਆ ਹੈ ਵਕੀਲਾ ਤੇਰੇ ਬੰਦਾ ਵਰਗਾ ਬੰਦਾ ਨਹੀਂ ਨਦਰ ਆਉਣਾ ਸਾਨੂੰ ਕਾਸੀਆਂ ਗੱਲਾਂ ਕਰਨ ਨੇ ਯਾਰ ਤੂੰ ਤੈਨੂੰ ਜੋ ਪਤਾ ਕਿ ਡੇਢ ਮਰਲੇ ਦਾ ਤੇਰਾ ਘਰ ਆ ਤੂੰ ਬੱਚੇ ਕਿਤੇ ਲਾਗੇ ਛਾਗੇ ਵਿਆਲਾ ਅੱਛੀ ਕੁੜੀ ਤੇ ਕਠਿਤਲੇਦਾਰ ਨਹੀਂ ਸਈਓ ਬੰਦ ਕਰ ਏ ਤੇ ਕੁੜੀ ਤੇ ਕਠਿਤਲੇਦਾਰ ਨਹੀਂ ਸਈਓ ਜੱਟ ਲੱਗੇ ਮੈਨੂੰ ਵਕੀਲ ਨਹੀਂ ਸਈਓ ਵਕੀਲਾ ਕੀ ਗੱਲ ਆ ਉਹ ਤੇਰੀਆਂ ਕਾਪੀਆਂ ਕਿਤਾਬਾਂ ਕਚੈਰੀਆਂ ਦੀ ਖੈਰ ਹੋਵੇ ਆਏ ਹਾਏ ਉਹ ਤੂੰ ਮੈਨੂੰ ਇਹ ਦੱਸ ਤੂੰ ਜਾਟਾ ਕਿ ਮਰਾਸੀ ਆ ਲਾ ਫਿਰ ਇਹ ਆ ਕੇ ਫੀਸ ਤਾਂ ਪਤਾ ਨਹੀਂ ਕਦੋਂ ਦੇਣੀ ਹੈ ਹਾਂ ਤੇ ਮੈਂ ਕੱਲ ਨੂੰ ਨਾ 6 ਵਜੇ ਸਵੇਰੇ ਹਾਂ ਖੋਤਾ ਲੈ ਕੇ ਆ ਰਿਹਾ ਤੇਰੇ ਵੱਲ ਕਿੱਥੇ ਤੇਰੇ ਵੱਲ ਐਡਾ ਸੋਹਣਾ ਖੋਤਾ ਹੈ ਨਾ ਜੀ ਹੈ ਖੋਤਾ ਵੇਖ ਵੇਖ ਕੇ ਤੇਰੀ ਭੁੱਖ ਲੱਥਣੀ ਹੈ ਵਕੀਲਾ ਕੀ ਨਾਲ ਉਹਦੇ ਕੀ ਗੱਲ ਆ ਕੋਈ ਸ਼ਵਾਰਮੇ 버ਗਰ ਬੰਨੇ ਆ ਕਿ ਮੇਰੀ ਭੁੱਖ ਲੱਥ ਰਹੀ ਆਣੀ ਉਹਨੂੰ ਵੇਖ ਵੇਖ ਕੇ ਹੈ ਸਵੇਰੇ ਮੈਂ ਖੋਤਾ ਲੈ ਕੇ ਆਉਂਦਾ ਪਿਆ ਜੀ ਖੋਤਾ ਇੱਧਰ ਲੈ ਕੇ ਆਇਆ ਨਾ ਤਾਂ ਮੈਂ ਤੈਨੂੰ ਖੋਤੇ ਆ ਤੈਨੂੰ ਮੈਂ ਤੇਰਾ ਖੋਤਾ ਬਣਾ ਦੇਣਾ ਮੈਂ ਆਇਆ ਜੀ ਆਇਆ ਸਵੇਰੇ ਇੰਦਾ ਜੱਟ ਬਣਿਆ ਫਿਰਦਾ ਤੂੰ ਪੱਠੇ ਪਜਾਮਾ ਕਿਤੇ ਮਗਾ ਲੈਣਾ ਜੀ ਇਹ ਮੈਂ ਪੱਠੇ ਮਗਾ ਲਾਂਗਾ ਲੇਕਿਨ ਤੇਰੇ ਪੱਠੇ ਖਿੱਚੇ ਜਾਣੇ ਜਿੱਨੀ ਤੂੰ ਜੂਤ ਫਿਰਨਾ ਉਥੇ ਆਇਆ ਜੀ ਸਵੇਰੇ ਇਧਰ ਨੂੰ ਨਾ ਸੰਗਲੀ ਮੈਂ ਆਪਣੀ ਲੈ ਕੇ ਆਵਾਂ ਕਿ ਤੁਸੀਂ ਆਪਣੀ ਲਵੋਗੇ ਕਿਹੜੀ ਕੋਤੇ ਨੂੰ ਪਾਉਣ ਵਾਲੀ ਕੋਤੇ ਨੂੰ ਪਾਉਣ ਵਾਲੀ ਤੂੰ ਲਿਆਉਣੀ ਆ ਜਿਹੜੀ ਤੇਰੇ ਗਲ 'ਚ ਪਾਉਣੀ ਉਹ ਮੇਰੇ ਚੈਂਬਰ 'ਚ ਪਈ ਆ